ਸਟਰਾ ਸਪਿਨਰ ਸਮੱਗਰੀ ਮੋਟੀ ਸਟਰਾ ਪਤਲੀ ਸਟਰਾ ਕੈਂਚੀ ਟੇਪ 4 ਇੰਚ ਦੀ ਇੱਕ ਮੋਟੀ ਸਟਰਾ ਨੂੰ ਵਿਚਕਾਰੋਂ ਮੋੜ ਦਿਓ ਸਟਰਾ ਦੀ ਮੁੜੀ ਹੋਈ ਥਾਂ ਤੋਂ ਦੋਵੇਂ ਪਾਸੇ ਤਿਰਛੇ ਕੱਟ ਲਗਾਓ ਇੱਕ ਵੱਡਾ ਬਰਫੀ ਆਕਾਰ ਦਾ ਛੇਕ ਸਟਰਾ ਦੇ ਮੱਧ ਵਿੱਚ ਹੋ ਜਾਵੇਗਾ ਹੁਣ ਸਟਰਾ ਦੇ ਦੋਵਾਂ ਕਿਨਾਰਿਆਂ ਨੂੰ ਸੈਲੋ ਟੇਪ ਨਾਲ ਜੋੜ ਦਿਓ ਤਾਂ ਜੋ ਇਹਨਾਂ ਵਿੱਚੋਂ ਹਵਾ ਨਾ ਨਿਕਲ ਸਕੇ ਇਸ ਤੋਂ ਬਾਅਦ ਫਾਲਤੂ ਟੇਪ ਨੂੰ ਕੈਂਚੀ ਨਾਲ ਕੱਟ ਦਿਓ ਹੁਣ ਇਸ ਦੇ ਇੱਕ ਸਿਰੇ 'ਤੇ ਤਿਰਛਾ ਕੱਟ ਲਗਾਓ ਅਤੇ ਦੂਜੇ ਸਿਰ ਦੀ ਉਲਟ ਦਿਸ਼ਾ ਵਿੱਚ ਵੀ ਤਿਰਛਾ ਕੱਟ ਲਗਾਓ ਇੱਕ ਪਤਲੀ ਸਟਰਾ ਦੇ ਕਿਨਾਰੇ ਤੋਂ ਥੋੜ੍ਹਾ ਦੂਰ ਇੱਕ ਵੀ ਆਕਾਰ ਦਾ ਕੱਟ ਲਗਾਓ ਜਦੋਂ ਅਸੀਂ ਸਟਰਾ ਦਾ ਇੱਕ ਸਿਰਾ ਬੰਦ ਕਰਾਂਗੇ ਤਾਂ ਇਸ ਕੱਟ ਵਿੱਚੋਂ ਹਵਾ ਬਾਹਰ ਨਿਕਲੇਗੀ ਪਤਲੀ ਸਟਰਾ ਨੂੰ ਮੋਟੀ ਸਟਰਾ ਦੇ ਬਰਫੀ ਆਕਾਰ